ਮੀਟਿੰਗ ਸਾਡੀ ਖੇੜਾ ਬਲਾਕ ਦੀ ਮੀਟਿੰਗ ਹੈਗੀ ਆ ਇਸ ਮੀਟਿੰਗ ਦੇ ਵਿੱਚ ਸਾਡੇ ਵਰਕਰ ਸਾਹਿਬਾਨ ਆਏ ਆ ਬਲਾਕ ਦੇ ਤੇ ਜਿਹੜੇ ਦੇ ਹਲਕਾ ਇੰਚਾਰਜ ਸਰਾ ਪੁਲਿਸ ਸਿੰਘ ਪਹਿਲਵਾਨ ਸਾਹਿਬ ਆਏ ਹਨ ਤੇ ਸਾਧ ਸੰਗਤ ਜੀ ਅੱਜ ਦੀ ਜਿਹੜੀ ਮੀਟਿੰਗ ਆ ਇਸ ਮੀਟਿੰਗ ਦੇ ਵਿੱਚ ਅਸੀਂ ਜੋ ਸਰਕਾਰ ਵੱਲੋਂ ਵੋਟਾਂ ਸਮੇਂ ਜ਼ਿਮੀਂਦਾਰਾਂ ਨਾਲ ਵਾਅਦਾ ਕੀਤਾ ਗਿਆ ਸੀਗਾ ਕਿ ਅਸੀਂ ਨੌਕਰੀਆਂ ਦੇਵਾਂਗੇ ਅਤੇ ਹਰ ਇੱਕ ਜ਼ਿਮੀਂਦਾਰ ਕਰਜ਼ਾ ਮਾਫ਼ ਕਰਾਂਗੇ ਪਰ ਅੱਜ ਦਾ ਨਹੀਂ ਕੀਤਾ ਅਤੇ ਨਾ ਹੋਣ ਦੀ ਆਸ ਰੱਖੀ ਆ ਤਾਂ ਇਸ ਗੱਲ ਦੀ ਪਾਰਟੀ ਸਾਡੀ ਨਿਖੇਧੀ ਕਰੋ ਵੋਟਾਂ ਦਾ ਟਾਈਮ ਆਉਂਦਾ ਜਿਸ ਤਰ੍ਹਾਂ ਅੱਜ ਗੁਰਦਾਸਪੁਰ ਦੀ ਚੋਣ ਆਈ ਆ ਅੱਜ ਵੀ ਮਤੇ ਪਾ ਰਹੇ ਆ ਵੀ ਸਾਨੂੰ ਦੱਸਦਿਆਂ ਚੋਣ ਕਮਿਸ਼ਨ ਸਾਨੂੰ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ 2-2 ਲੱਖ ਰੁਪਈਆ ਅਸੀਂ ਕਿਸਾਨਾਂ ਦਾ ਅਸੀਂ ਕਰਜ਼ਾ ਮਾਫ਼ ਕਰਦੇ ਹਾਂ ਬਿਲਕੁਲ ਇਹਨਾਂ ਦੇ ਜਿਹੜੇ ਲਾਰੇ ਆ ਸਰਕਾਰਾਂ ਦੇ ਕਦੇ ਗੁਟਕਾ ਸਾਹਿਬ ਚੱਕ ਲਿਆ ਕਦੇ ਸੌਹਾਂ ਚੱਕ ਲਿਆ ਇਹ ਝੂਠੇ ਕਿੰਨਾ ਲਾਰੇ ਲਾ ਕੇ ਸਾਡਾ ਕਿਸਾਨ ਕਿਉਂ ਖੁਦਕੁਸ਼ੀਆਂ ਕਰ ਰਿਹਾ ਸਾਡਾ ਕਿਸਾਨ ਕਿਉਂ ਕਰਜ਼ਾਈ ਹੋਇਆ ਵਾ ਸਾਨੂੰ 2 ਫਸਲਾਂ ਦੇ ਰੇਟਾਂ ਇੱਕ ਜੀਰੀ ਦਾ ਅਤੇ ਇੱਕ ਕਣਕ ਦਾ ਨਾ ਸਾਨੂੰ ਆਲੂਆਂ ਦਾ ਰੇਟ ਨਾ ਕੋਈ ਸੂਰਜਮੁਖੀ ਦਾ ਰੇਟ ਨਾ ਸਾਨੂੰ ਦਾਲਾਂ ਦਾ ਰੇਟ ਸਾਨੂੰ ਕੋਈ ਸਾਡੇ ਫਿਕਸ ਮੱਕੀ 'ਤੇ ਲੈ ਕੇ ਸਾਡਾ ਕੋਈ ਫਿਕਸ ਰੇਟ ਨਹੀਂ ਮੀਟਿੰਗ ਜਿਹੜੀ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੈ ਉਹ ਸਿਰਫ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਸਤੇ ਅਤੇ ਟਰਾਂਸਪੋਰਟਰਾਂ ਦੀ ਗੱਲ ਕਰਨ ਵਾਸਤੇ ਹੈ ਕਿਉਂਕਿ ਜੋ ਪੰਜਾਬ ਸਰਕਾਰ ਨੇ ਟਰੱਕਾਂ ਅਤੇ ਜਿਹੜੀਆਂ ਤੋੜੀਆਂ ਭੰਗ ਕਰਨ ਦਾ ਐਲਾਨ ਕੀਤਾ ਇਹ ਬਹੁਤ ਮੰਦਭਾਗਾ ਹੈ ਕਿਉਂਕਿ ਇਹਦੇ ਵਿੱਚ ਹਜ਼ਾਰਾਂ ਹੀ ਗਰੀਬ ਮਜ਼ਦੂਰੀ ਕੰਮ ਕਰਨ ਵਾਲੇ ਉਹ ਭੁੱਖੇ ਮਰਨਗੇ ਡਰਾਈਵਰ ਮਹਿਕਮਾ ਜਿਹੜਾ ਜਿੰਨਾ ਵੀ ਡਰਾਈਵਰ ਹੈ ਉਹ ਵੀ ਗਰੀਬ ਪਰਿਵਾਰਾਂ ਦੇ ਵਿੱਚੋਂ ਹੈ ਉਹਨਾਂ ਦੇ ਬੱਚੇ ਕਿੱਥੇ ਜਾਣਗੇ ਉਹ ਖੁਦਕੁਸ਼ੀਆਂ ਹੀ ਕਰਨਗੇ ਕਈ ਜਗ੍ਹਾ ਟਰੱਕ ਆਪਰੇਟਰਾਂ ਨੇ ਖੁਦਕੁਸ਼ੀਆਂ ਕਰ ਵੀ ਲਈਆਂ ਇੱਕ 2 ਜਗ੍ਹਾ 'ਤੇ ਖਬਰਾਂ ਆਈਆਂ ਮੰਗ ਇਹ ਕਰਦੇ ਹਾਂ ਵੀ ਜਿੱਦਾਂ ਪਹਿਲਾਂ ਚੱਲਦੀਆਂ ਸੀ ਯੂਨੀਅਨਾਂ ਉੱਦਾਂ ਹੀ ਚੱਲਣੀਆਂ ਚਾਹੀਦੀਆਂ